ਸਾਨੂੰ ਪਰ ਪਰ ਸਸਿਕਾਦੋਸ ਗੱਲ ਕਰਨ ਜਾ ਰਹੇ ਹਾਂ ਕਰਨ ਆਇਲਾ ਦੀ ਤੇ ਨਾਲ ਹੀ ਦੋਸਤੋ ਗੱਲ ਕਰਾਂਗੇ ਕਰਨ ਆਇਲਾ ਦੀ ਆਉਣ ਵਾਲਿਆ ਕੋਲਾਬੋਰੇਸ਼ਨ ਸੀ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੰਭਵ ਹੋ ਸਕਦੀਆਂ ਨੇ ਜੀਹਾਂ ਦੋਸਤੋ ਇਹਨਾਂ ਦੀ ਪੋਸਿਬਿਲਟੀ ਹੈਗੀ ਹੈ ਹਾਲਾਂਕਿ ਕਰਨ ਆਇਲਾ ਨੇ ਇੱਕ ਲਾਈਵ ਦੇ ਵਿੱਚ ਇੰਨੀ ਗੱਲ ਕਹਾਈ ਸੀ ਕਿ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਿਸੇ ਆਰਟਿਸਟ ਨਾਲ ਕੋਲਾਬ ਨਹੀਂ ਕਰਨਗੇ ਲੇਕਿਨ ਦੋਸਤੋ ਇਹ ਗੱਲ ਉਹਨਾਂ ਵਾਸਤੇ ਸੀ ਜੋ ਪੋਲਿਟਿਕਸ ਦਾ ਹਿੱਸਾ ਨੇ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੋਲਿਟਿਕਸ ਖੇលਦੇ ਨੇ ਤੇ ਇਹੋ ਜਿਹਾ ਦੋਸਤੋ ਇੱਕ ਗਰੁੱਪ ਹੈਗਾ ਜਿਨੇ ਮਤਲਬ ਪੂਰੇ ਤਰੀਕੇ ਨਾਲ ਪੋ ਦੇ ਲੈ ਇਧਰ ਉਧਰ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ ਉਸ ਨਾਲ ਤੇ ਇਹੀ ਗੱਲ ਜਿਹੜੀ ਹੈਗੀ ਕਰਨ ਆਇਲਾਨ ਨੂੰ ਠੀਕ ਨਹੀਂ ਲੱਗਦੀ ਹਾਲਾਂਕਿ ਕਰਨ ਆਇਲਾਨ ਨੇ ਪੰਜਾਬੀ ਸੁਪਰ ਡੂਪਰ ਹਿੱਟ ਕਲਾਕਾਰ ਸਰਦੋ ਸਿਕੰਦਰ ਦੇ ਬੇਟੇ ਆਲਾਪ ਸਿਕੰਦਰ ਨਾਲ ਆਲਰੇਡੀ ਕੋਲਾਬ ਕਰਨ ਦਾ ਪ੍ਰੋਮਿਸ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਦੋਸਤੋ ਕਰਨ ਆਇਲਾ ਕੋਲਾਬ ਕਰ ਸਕਦੇ ਨੇ ਗੈਰੀ ਸੰਧੂ ਨਾਲ ਜੈਸਮਿਨ ਸੈਂਡਲਸ ਨਾਲ ਜਾਨੀ ਨਾਲ ਉਹ ਆਲਰੇਡੀ ਕੋਲਾਬ ਕਰ ਚੁੱਕੇ ਨੇ ਤੇ ਹੋ ਸਕਦਾ ਇਨ ਫਿਊਚਰ ਆਪਾਂ ਨੂੰ ਜਾਨੀ ਨਾਲ ਕਰਨ ਆਇਲਾ ਦਾ ਕੋਈ ਹਿੰਦੀ Song ਦੇਖਣ ਨੂੰ ਮਿਲੇ ਵੀ ਪ੍ਰਾਕ ਵੀ ਦੋਸਤੋ ਇਸੇ ਲਿਸਟ ਵਿੱਚ ਨੇ ਕਿਉਂਕਿ ਇਹ ਪ੍ਰਾਕਤ ਨੂੰ ਪਤਾ ਹੀ ਜਾਣੇ ਦੀ ਟੀਮ ਦਾ ਹਿੱਸਾ ਨੇ ਤੇ ਕਰਨ ਆਇਲਾ ਨਾਲ ਮਿਲ ਕੇ ਉਹ ਨੈਸ਼ਨਲ ਲੈਵਲ ਦਾ ਪ੍ਰੋਜੈਕਟ ਬਣਾ ਸਕਦੇ ਨੇ ਹੁਣ ਰਹੀ ਗੱਲ ਦੋਸਤੋ ਬਾਕੀ ਕਲਾਕਾਰਾਂ ਦੀ ਉਹਨਾਂ ਬਾਰੇ ਕਰਨ ਆਇਲਾ ਦੀ ਜਿਹੜੀ ਕੋਲੈਬ ਹੈਗੀ ਉਹ ਤਾਂ ਔਨ ਦਿ ਟਾਈਮ ਦੀ ਗੱਲ ਲੱਗੇਗੀ ਲੇਕਿਨ ਇਹ ਜਿਹੜੇ ਕਲਾਕਾਰ ਤੁਹਾਨੂੰ ਅਸੀਂ ਦੱਸੇ ਨੇ ਇਹਨਾਂ ਨਾਲ ਪੌਸਿਬਿਲਟੀ ਹੈ ਕਿ ਕਰਨ ਆਇਲਾ ਔਨ ਅਵਲ ਟਾਈਮ 'ਚ ਇਹਨਾਂ ਨਾਲ ਕੋਲੈਬ ਕਰਨਗੇ ਤੁਹਾਡਾ ਨੇ ਬਾਰੇ ਦੋਸਤੋ ਕੀ ਕਹਿਣਾ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਦਿਓ